चमतरिया सोई नाम अचल भगत है पावतारण
ਦੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਵਪਤਾ ਮੈਂ ਚਰਨ ਜਿੱਥੇ ਅੰਮ੍ਰਿਤ ਰਸਿਆ ਸੋਈ ਨਾਮ ਗੁਰੂ ਗੰਭੀਰ ਕਰੋ ਮਤ ਮਤ ਸਤ ਕਰ ਸੰਗਤ ਉਧਰੀਆ ਸੋਈ ਨਾਮ ਅਚਲ ਭਗਤ ਭਵ ਤਾਰਲ ਗੁਰ ਅਮਰਦਾਸ ਗੁਰ ਕੋ ਖੁਰਿਆ ਗੁਰ ਅਮਰਦਾਸ ਗੁਰ ਕੋ ਖੁਰਿਆ ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧਰ ਸਿਮਰ ਨਖਯਤਰ ਅਵਰ ਧਰੂ ਮੰਡਲ ਨਾਰਦਾਦ ਪਰਵਰ ਸਸੀਅਰ ਅਰਸੂ ਨਾਮ ਉਲਾਸੈ ਸਸੀਅਰ ਅਰਸੂਰ ਨਾਮ ਉਲਾਸੈ ਸਰਬ ਤੋਂ ਜਿਨ ਅਚਲ ਭਗਤ ਅਵਤਾਰ ਗੁਰ ਅਮਰਦਾਸ ਗੁਰ ਕੋ ਖੁਰਿਆ ਗੁਰ ਅਮਰਦਾਸ ਗੁਰ ਕੋ ਖੁਰਿਆ ਤੈ ਪੜਿਓ ਇੱਕ ਮਲ ਧਰਿਓ ਇੱਕ ਕਰ ਇੱਕ ਬਖੜਿਓ ਨੈਣ ਬੈਣ ਮੂਹ ਇੱਕ ਇੱਕ ਤੂੰ ਠਾਹੇ ਨਾ ਜਾਣਿਓ ਅਲਖ ਹੈ ਇੱਕ ਇੱਕ ਕਰ ਵਰਣ ਗੁਰ ਅਮਰਦਾਸ ਜਾਲਪ ਬਣੇ ਤੂੰ ਇੱਕ ਲੋੜੇ ਇੱਕ ਮੰਨਿਓ ਤੂੰ ਇੱਕ ਲੋੜੇ ਇੱਕ ਮੰਨਿਓ ਪਾਰਜ ਕਰ ਦਾਂਗਣ ਸਿੱਧ ਸਨਮੁਖ ਸਿੱਖ ਜੋਵੇ ਸਿੱਧ ਸਨ ਮੁਖ ਮੁਖ ਜੋਵੇ ਰਿੱਧ ਬਸੇ ਬਾਵਾ ਜੋ ਤੀਨ ਲੁਕਾਂਤਰ ਮੋਹੈ ਹਿਰਦੈ ਬਸੇ ਅਕਹੀਓ ਸੋਏ ਰਸ ਤਿਨਹੀ ਜਾਤ ਮੁਖੋ ਭਗਤ ਉਚਰੇ ਅਮਰ ਗੁਰ ਜਿਤ ਰੰਗ ਰਾਜੋ ਸੱਚੋ ਕਰਮ ਮਸਤਕ ਨਿਸ਼ਾਨ ਸੱਚੋ ਕਰਮ ਪਾਤਸ਼ਾਹ ਜੀ ਦੀਆਂ ਸਰੀਰ ਦੀਆਂ ਨਿਸ਼ਾਨੀਆਂ ਪਟ ਸਾਹਿਬਾਨ ਕਰਦੇ ਹਨ ਅਵਤਾਰੀ ਪੁਰਸ਼ ਦੀਆਂ ਨਿਸ਼ਾਨੀਆਂ ਅੱਜ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿੱਥੇ ਆਪ ਜੀ ਨੇ ਸਿਫਤਾਂ ਕੀਤੀਆਂ ਕਹਿਣ ਲੱਗੇ ਗੁਰੂ ਅਮਰਦਾਸ ਤੈਨੂੰ ਪਰਸਨ ਦੇ ਨਾਲ ਪਾਪ ਦੂਰ ਹੋ ਜਾਂਦੇ ਗੁਰ ਅਮਰਦਾਸ ਤੈਨੂੰ ਪਰਸਨ ਦੇ ਨਾਲ ਸਪਰਸ਼ ਕਰਨ ਦੇ ਨਾਲ ਸਿੱਧ ਸਾਧਕ ਜਿਹੜੇ ਹਨ ਸੁੱਤੇ ਸਿੱਧ ਪ੍ਰਗਟ ਹੋ ਜਾਂਦੇ ਗੁਰੂ ਅਮਰਦਾਸ ਤੈਨੂੰ ਧਿਆਨ ਦੇ ਵਿੱਚ ਲਿਆਉਣ ਦੇ ਨਾਲ ਪੈਂਡੇ ਮੁੱਕ ਜਾਂਦੇ ਨੇ ਗੁਰੂ ਅਮਰਦਾਸ ਤੁਹਾਡੀ ਸਿਮਰਤੀ ਦੇ ਵਿੱਚੋਂ ਭਾਉ ਦੂਰ ਹੋ ਜਾਂਦਾ ਅਤੇ ਗੁਆਚੀ ਵਸਤੂ ਨਾਮ ਪਰਮਾਤਮਾ ਦਾ ਲੱਭ ਜਾਂਦਾ ਜਾਲਪ ਭੱਟ ਕਹਿੰਦੇ ਨੇ ਇੰਨੇ ਪਦਾਰਥ ਪਾਤਸ਼ਾਹ ਜੀ ਦੀ ਸਿਫਤੀ ਤੋਂ ਹੀ ਮਿਲ ਜਾਂਦੇ ਜਾਲਪਾ ਪਦਾਰਥ ਇਤੜੇ ਇੰਨੇ ਜ਼ਿਆਦਾ ਪਦਾਰਥ ਗੁਰ ਅਮਰਦਾਸ ਡਿੱਠੇ ਮਿਲੇ
ਨਾਮ ਹੀ ਬੋਲੀਏ ਨਾਮ ਬੁਲਾਈਏ ਕੇਵਲ ਦਰਸ਼ਨ ਕਰਨ ਦੇ ਨਾਲ ਹੀ ਇੰਨੇ ਪਦਾਰਥ ਮਿਲ ਜਾਣ ਗੁਰ ਅਮਰਦਾਸ ਡਿੱਠੇ ਮਿਲੇ ਫਿਰ ਕਹਿੰਦੇ ਬਾਰਜ ਕਰਦਾ ਹਣੇ ਸੱਜਾ ਹੱਥ ਸੱਜੀ ਬਾਂਹ ਬਾਰਜ ਕਰਦਾ ਹਣੇ ਇੱਥੇ ਕੀ ਹੈ ਸੱਜੇ ਹੱਥ ਦੇ ਅੰਦਰ ਤੁਹਾਡੇ ਬਰਕਤਾਂ ਹੀ ਬਰਕਤਾਂ ਨੇ ਤੇ ਖੱਬੇ ਹੱਥ ਵਿੱਚ ਵੀ ਓਨੀਆਂ ਹੀ ਬਰਕਤਾਂ ਨੇ ਬਾਰਜ ਕਰਦਾ ਹਣੇ ਸਿੱਧ ਸਨਮੁਖ ਮੁਖ ਜੋਬ ਸਿੱਧੀਆਂ ਸਨਮੁਖ ਤੁਹਾਡੇ ਖੜੀਆਂ ਹੁੰਦੀਆਂ ਨੇ ਹੱਥ ਜੋੜ ਕੇ ਜਿਹਨਾਂ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਦੁਨੀਆਂਦਾਰ ਜਿਹੜੇ ਹਨ ਭੱਜੇ ਫਿਰਦੇ ਨੇ ਉਹ ਸਨਮੁਖ ਨੇ ਤੁਹਾਡੇ ਹੱਥ ਜੋੜ ਕੇ ਖੜੀਆਂ ਬਾਰਜ ਕਰਦਾ ਹਣੇ ਸੱਜੇ ਹੱਥ ਦੇ ਅੰਦਰ ਬਰਕਤਾਂ ਹੀ ਬਰਕਤਾਂ ਕਰਦੇ ਅੰਦਰ ਸਿੱਧ ਸਨਮੁਖ ਮੁਖ ਜੋਬ ਉਹ ਨਮਸਕਾਰ ਕਰਦੀਆਂ ਪਈਆਂ ਗੁਰੂ ਅਮਰਦਾਸ ਸਾਨੂੰ ਕੋਈ ਹੁਕਮ ਤਾਂ ਕਰ ਕਿੱਧਰ ਜਾਈਏ ਕਿਸ ਘਰ ਵਿੱਚ ਵੜੀਏ ਸਿੱਧ ਸਨਮੁਖ ਮੁਖ ਜੋਬ ਹੈ ਤੇ ਰਿੱਧ ਬਸੇ ਬਾਵਾਂਗ ਇਸ ਪਾਸੇ ਰਿਧੀਆਂ ਨੇ ਰਿਧੀਆਂ ਨੌ ਨਿਧਾਂ ਅਠਾਰਾਂ ਸਿੱਧਾਂ ਤੇ ਬਾਰਾਂ ਰਿਧਾਂ ਇੱਧਰ ਨੇ ਨੌ ਦਰਸ਼ਨ ਇਸ ਪਾਸਿਓਂ ਬਾਰਾਂ ਇਸ ਪਾਸਿਓਂ ਸਨਮੁਖ ਤੋਂ ਅਨੇਕਾਂ ਹੀ ਦਰਸ਼ਨ ਬਾਰਜ ਕਰਦਾ ਹਣੇ ਸਿੱਧ ਸਨਮੁਖ ਮੁਖ ਜੋ ਵੈ ਰਿੱਧ ਵਸੇ ਬਾ ਵਾਂਗ ਜੋ ਤੀਨ ਲੋਕਾਂ ਅੰਤਰ ਮੋਹ ਹੈ ਤਿੰਨ ਲੋਕਾਂ ਨੂੰ ਮੋਹਣ ਵਾਲਾ ਤੁਹਾਡਾ ਖੱਬਾ ਹੱਥ ਹੈ ਤਰਲੋਕੀ ਦੇ ਦਰਸ਼ਨ ਹੋ ਜਾਂਦੇ ਤੁਹਾਡੇ ਦੀਦਾਰ ਪਾਉਣ ਨਾਲ ਖੱਬੇ ਹੱਥ ਰਿੱਧ ਵਸੇ ਇੱਕ ਹੀ ਹੋ ਇੱਕ ਪਰਮਾਤਮਾ ਦਾ ਅਕਹਿ ਰਸ ਤੁਹਾਡੇ ਹਿਰਦੇ ਦੇ ਅੰਦਰ ਵਸ ਰਿਹਾ ਸੋਈ ਰਸ ਤਿੰਨ ਹੀ ਜਾਤੋ ਉਹ ਰਸ ਤੁਸੀਂ ਜਾਣੋ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਅੱਜ ਗੁਰੂ ਅਮਰਦਾਸ ਰਿੱਧੇ ਵਸੇ ਅਕਹੀਓ ਸੋਏ ਰਸ ਨਹੀਂ ਜਾਤੋ ਮੁੱਖੋਂ ਭਗਤ ਉਚਰੈ ਅਮਰ ਗੁਰ ਇਹ ਤਰੰਗ ਰਾਤੋ ਗੁਰੂ ਅਮਰਦਾਸ ਤੁਸੀਂ ਇਸ ਰੰਗ ਦੇ ਵਿੱਚ ਰੱਤੇ ਹੋਏ ਮਸਤਕ ਨਿਸ਼ਾਨ ਸੱਚੋ ਕਰਮ ਇਹ ਨਿਸ਼ਾਨੀਆਂ ਹੁੰਦੀਆਂ ਜਦੋਂ ਨਾਮ ਤੇ ਸੇਵਾ ਕੀਤੀ ਜਾਏ ਹੱਥਾਂ 'ਚ ਬਰਕਤ ਆ ਜਾਂਦੀ ਹੈ ਹਿਰਦੇ ਦੇ ਅੰਦਰ ਪਿਆਰ ਸ਼ਰਧਾ ਦੀ ਮਣੀ ਫੁੱਟ ਪੈਂਦੀ ਏ ਮੱਥੇ ਦਾ ਦੀਦਾਰ ਪਾਉਣ ਦੇ ਨਾਲ ਉਸ ਸਾਧੂ ਜਨ ਦੇ ਗੁਰਸਿੱਖ ਦੇ ਸੱਚੇ ਕਰਮ ਦੇ ਬਾਹਰਲਾ ਜਿਹੜਾ ਆਪਣੇ ਸਾਹਮਣੇ ਆ ਰਿਹਾ ਹੁੰਦਾ ਉਹਦੇ ਕਰਮ ਤਬਦੀਲ ਹੋ ਜਾਂਦੇ ਨੇ ਕਿਵੇਂ ਜਿਵੇਂ ਇੱਕ ਸ਼ੀਸ਼ਾ ਹੈ ਜਿਸ ਨੂੰ ਓਬਜੈਕਟਿਵ ਲੈਂਸ ਕਹਿੰਦੇ ਨੇ ਸੂਰਜ ਦੇ ਸਾਹਮਣੇ ਕਰੀਏ ਉਹ ਕਿਰਨਾਂ ਇਕੱਠੀਆਂ ਕਰਦਾ ਅਤੇ ਜਦੋਂ ਥੱਲੇ ਕੋਈ ਲੱਕੜ ਜਾਂ ਕੋਈ ਵੀ ਵਸਤੂ ਧਰ ਦਈਏ ਉਹ ਸਾਰੀਆਂ ਕਿਰਨਾਂ ਇਕੱਠੀਆਂ ਕਰਕੇ ਉਹ ਕੱਚ ਦੇ ਅੰਦਰ ਇਕੱਠੀਆਂ ਹੋ ਜਾਂਦੀਆਂ ਫਿਰ ਉਸ 'ਚੋਂ ਨਿਕਲਦੀਆਂ ਨੇ ਕਨਵੈਕਸ ਲੈਂਸ ਉਹ ਜੋ ਪੈਂਦੀਆਂ ਨੇ ਸਿੱਧੀ ਇੱਕ ਤੀ ਪਤਲੀ ਧਾਰੀ ਪੈਂਦੀ ਅੱਗ ਬਣ ਕੇ ਅਤੇ ਉਹਨੂੰ ਅੱਗ ਲਾ ਦਿੰਦੀ ਗੁਰੂ ਅਮਰਦਾਸ ਮਹਾਰਾਜ ਤੇਰੀ ਸੇਵਾ ਦੇ ਵਿੱਚੋਂ ਤੇਰੇ ਨਾਮ ਦੇ ਵਿੱਚੋਂ ਜਿਨ੍ਹਾਂ ਨੇ ਇਹ ਵਸਤੂ ਪ੍ਰਾਪਤ ਕੀਤੀ ਮਸਤਕ ਨਿਸ਼ਾਨ ਸੱਚੋ ਕਰਮ ਉਹਨਾਂ ਦੇ ਕਰਮ ਜਿਹੜੇ ਨੇ ਸੱਚੇ ਪ੍ਰਗਟ ਹੋ ਗਏ ਅਤੇ ਜਿਹੜਾ ਬਾਹਰੋਂ ਆ ਰਿਹਾ ਨਾ ਮੰਦ ਭਾਗੀ ਜਦੋਂ ਉਹ ਵੀ ਉਹਦੇ ਦਰਸ਼ਨ ਕਰਦਾ ਅਤੇ ਉਹਦੇ ਮੰਦੇ ਕਰਮ ਮੱਥੇ ਦੇ ਸੜ ਜਾਂਦੇ ਨੇ ਕਿਉਂਕਿ ਤੁਹਾਡੇ ਹਿਰਦੇ ਦੇ ਅੰਦਰ ਸਿੱਧ ਪੁਰਸ਼ ਦੀਆਂ ਨਿਸ਼ਾਨੀਆਂ ਦੀ ਗੁਰੂ ਪੁਰਸ਼ ਦੀਆਂ ਨਿਸ਼ਾਨੀਆਂ ਇਹ ਉਹਦੀ ਅਸੀਸ ਮਿਲ ਜਾਏ ਤਾਂ ਖੱਬੇ ਹੱਥ ਦੀ ਅਸੀਸ ਮਿਲੇ ਤਾਂ ਲੋਕ ਵਹਿਮਾਂ 'ਚ ਪੈਂਦੇ ਨੇ ਕਹਿੰਦੇ ਜੀ ਖੱਬੇ ਹੱਥ ਦੀ ਅਸੀਸ ਨਾ ਦਿਓ ਸੱਜੇ ਹੱਥ ਦੀ ਦਿਓ ਇਹ ਵੀ ਮੰਨਦੇ ਲੋਕ ਖੱਬੇ ਹੱਥ ਦੀ ਅਸੀਸ ਨਾ ਦਿਓ ਸੱਜੇ ਦੀ ਦਿਓ ਅਤੇ ਭੱਟਾਂ ਨੇ ਇੱਥੇ ਵਿਤਕਰਾ ਹੀ ਦੂਰ ਕਰਤਾ ਕਹਿੰਦੇ ਸੱਜੇ ਹੱਥ ਵਿੱਚ ਵੀ ਓਨੀਆਂ ਬਰਕਤਾਂ ਸੱਜੇ ਅਤੇ ਖੱਬੇ ਹੱਥ ਵਿੱਚ ਵੀ ਓਨੀਆਂ ਬਰਕਤਾਂ ਜੇ ਅੰਦਰੋਂ ਕੁਝ ਬੋਲਦੇ ਹੋ ਤਾਂ ਤਦ ਵੀ ਬਰਕਤਾਂ ਜੇ ਵੇਖ ਲੈਂਦੇ ਹੋ ਤਾਂ ਤਦ ਵੀ ਬਰਕਤਾਂ ਨਹੀਂ ਵੇਖਦੇ ਤਾਂ ਅੱਖਾਂ ਬੰਦ ਕਰਕੇ ਤੁਸੀਂ ਬੈਠੇ ਹੋ ਤੁਹਾਡੇ ਮੱਥੇ ਨੂੰ ਕੋਈ ਵੇਖ ਲੈਂਦਾ ਤਾਂ ਓਨੀਆਂ ਹੀ ਬਰਕਤਾਂ ਸਾਰਾ ਕੁਝ ਫੁੱਟ ਕੇ ਸਾਗਰ ਅੰਦਰੋਂ ਬਾਹਰ ਆ ਜਾਂਦਾ ਮਸਤਕ ਨਿਸ਼ਾਨ ਸੱਚਾ ਉਹ ਕਰਮ ਕੱਲ ਜੋੜ ਕਰਕੇ ਆ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਇਹ ਦੀਦਾਰ ਨੇ ਪੂਰਨ ਦੀਦਾਰ ਨੇ ਤੇਰੇ ਕਿਉਂਕਿ ਤੈ ਪੜਿਓ ਇੱਕ ਜਦੋਂ ਬਾਣੀ ਪੜ੍ਹੀਏ ਨਾ ਭੱਟਾਂ ਦੇ ਸਵਾਈਏ ਪੜ੍ਹੀਏ ਅਤੇ ਐਡੀ ਉਸਤਤ ਗਹਿਰੀ ਜਾ ਕੇ ਭੱਟ ਸਾਹਿਬਾਨਾਂ ਨੇ ਕੀਤੀ ਕਹਿ ਲੱਗੇ ਜਦੋਂ ਤੂੰ ਜਾਗਦਾ ਵੀ ਹੁੰਦਾ ਅਤੇ ਤੇਰੇ ਅੰਦਰ ਇੱਕ ਹੀ ਤੁਰਿਆ ਫਿਰਦਾ ਅਸੀਂ
जागदे हां ते साडे अंदर अनेक तुरे फिरदे ते पढ़ियो एक पढ़ता पिया तद भी एक वल ध्यान है। यही पढ़ाई कुछ होर पढ़ रहे अंदर कुछ होर चल रहा पढ़ता पिया जो याद ही नहीं हो पढ़ियो एक मन धरियो एक मन दे अंदर भी एक दूजा नहीं कर एक पछाणियो पहचान भी सर्व संसार दे विचो एक दी कीती नैन बैन मुँह एक एक दूहू ठाहे ना जानियो दूजी ठां तुहाडी है ही अखा विच भी एक अखा खुल दियां तद भी एक दे दर्शन सुपने दे विच हुंदे हो तद भी एक दे दर्शन बोल दे हो तद भी एक दे दर्शन नैन बैन मुँह एक एक दूहू ठाहे ना जानियो सुपन एक सानू तो सुपने ही अनेक प्रकार दे हो प्रतख एक ऐडी कला बन के रखी साहब गुरु अमरदास महाराज ने सुपना आवे ते हर रोज एक परमात्मा दा ही आवे सुपना भी जागत अवस्था विच लै जाए सुपने अंदर भी सेवा ही सानू कई कई समा लंघ जांदा आउंदा ही नहीं सुपना इन्नी गहरी नींद च मनुख चला जांदा पर तुहानू तां रोजाना सुपना भी आउंदा सुपने अंदर भी गुरु अंगद साहब जी दे चरणा दे विच ही बैठे हुंदे सुपन एक प्रतख एक एक समय लीनो एक दे अंदर ही लीन होए होए पांच सिद्ध अड़तीस गुण पैंतीस नखीण पांच सिद्धियां ते तीह गुण जिहड़े हन अंदरों प्रगट हो जांदे रतन विद्वाना ने इहदा कुल जोड़ जिहड़ा इकहत्तर कीता पांच सिद्ध अड़तीस गुण पैंतीस पैंतीस नखीण इको जे लख जिहड़ा एक है उहनूं सत्तर तों अगा इकहत्तरवां पा के ते उहनां दा अपनी जगह अर्थ ठीक है पर प्रोफेसर साहब सिंह जी का अर्थ कुछ होर है विद्वाना का उन्होंने अपने अर्थ किए ने कहते इकहत्तर साल की उम्र में भी तुम डोले नहीं पांच सिद्ध पांच सिद्धियां तुहाडे पिछे तुरिया फिर तीस गुण तीह गुण प्रगट हो गए पैंतीस ना खीणो तीह ते पैंती ते पैंती सत्तर ते इको जे लख लखो अलख है एक एक कर वरण्यो गुरु अमरदास जल पण है तू एक लोड़ है एक मन्यो संप्रदाय टीका बिशन सिंह उन्होंने ये किया फरीदकोटिया ने भाई वीर सिंह ने भी ये किया प्रोफेसर साहब सिंह ने अर्थ जड़े ने बारी किए खैर पर असल दे अंदर बाणी वास्तव स्वरूप दे अंदर है ते पातशाह दियां सिफतां करदियां भट साहिबान कहिंदे कहिंदे अखीरला सवाइया पढ़ के समाप्ति गुरु अमरदास महाराज पातशाह जी बसंत गणंत नयावर बूत पशोरो मावल कुसुम बसंत गणंत नयाव रब सस किरण उदर सागर को गंगत रंग अंत को पावे रुद्र त्यान ज्ञान सतगुर के कब जल फल उने जो गावे पल्ले अमरदास गुण तेरे तेरी उपमा तुझ बण आवे 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 की कहिए तुहाडियां उपमावां क्योंकि रसना एक है तू अनेकता ते एकता विच परोया होया धन गुरु अमरदास तेरियां बरकतां तेरे दीदार तेरियां सेवावां गुरु के सन्मुख हो के सेवा निभाउणी उम्र दा तकाजा
बिल्कुल ना विखना, क्योंकि जदों ध्यान दे मार्ग ते चले तां मन ते ध्यान ने शरीर नूं भी चुकिया, मन ते ध्यान शरीर नूं चुकदा। जदों मन ते ध्यान साडा उखड़ जांदा, शरीर बोझ बन जांदा। ध्यान जुगती दे नाल भारे तो भारी वस्तु चुक लैंदा। इस करके ध्यान ने ते मन ने एकाग्र हो के बुढ़ापे दा शरीर चुकिया, गागर चुकी, लकड़ां चुकियां, और छत्रपति इस राज दा पहार भी गुरु अमरदास महाराज ने अपने सिर ते शीश ते चुकिया, और जिहड़ियां रिधियां मिलियां, सिद्धियां मिलियां गुरु अंगद देव महाराज ने, तुम हो निमाणे मान, तुम करो निताणे तन, तुम निधरियां की तिर, ये 12 दियां 12 बरकतां गुरु अमरदास महाराज ने सानू दे दित्तियां, सिखां च वंड दित्तियां। अपने कोल कोई जदों कोई किसी नूं शक्ति दे दी है ना, वो देंदा नहीं, कोई भी वस्तु दे दी है नहीं देंदा, पर गुरु अमरदास ने साडे च वंड दित्तियां। आओ ऐसे गुरु अमरदास जी दे पावन अवतार पुरख दियां पुरब दियां बहुत बहुत लख लख वधाइयां। आप नारायण कलातार अज नारायण धरती ते आए ने, जिन्हां दा नाम है गुरु अमरदास। भलो कुहाल तेजो तना, तेज भान दे प्यारे पुत्र गुरु अमरदास महाराज, आप जी दे पावन प्रकाश पुरब दियां लख लख वधाइयां सारियां नूं। वाहिगुरु जी का खालसा, वाहिगुरु जी की फतेह। आओ भाई साहब जी ज्ञानी गुरदीप सिंह जी, आप जी ने गुरु अमरदास महाराज जी का जीवन वृतांत गुरबाणी दे विचों मार्गदर्शन आप जी ने कराएंगे। आओ गुरु की उपमा गुरु के शब्द विचों गुरु इतिहास विचों श्रवण करिए। वाहिगुरु जी का खालसा, वाहिगुरु।